ਪੰਜਾਬ ਮੇਲਿਆਂ ਦੀ ਧਰਤੀ ਹੈ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਮੇਲੇ ਲੱਗਦੇ ਰਹਿੰਦੇ ਹਨ। ਤੁਸੀਂ ਜਿਸ ਜਗ੍ਹਾ ਦੀਆਂ ਤਸਵੀਰਾਂ ਦੇਖ ਰਹੇ ਹੋ ਇੱਥੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਲੋਕ ਖੁਸ਼ੀ 'ਚ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ। ਇਸ ਸ਼ਰਾਬ ਦਾ ਪ੍ਰਸ਼ਾਦ ਲੈਣ ਦੇ ਲਈ ਇਸ ਮੇਲੇ ਦੇ ਵਿੱਚ ਲੋਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲ ਰਹੀ ਹੈ। ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਹੁੰਚਣ ਵਾਲੇ ਇਹ ਲੋਕ ਸ਼ਰਾਬੀ ਨਹੀਂ ਸਗੋਂ ਬਾਬਾ ਰੋਡਾ ਸ਼ਾਹ ਦੇ ਭਗਤ ਹਨ। ਇਹ ਮੇਲਾ ਫਤਿਹਗੜ੍ਹ ਚੂੜੀਆਂ ਅਤੇ ਮਨਜੀਠਾ ਦੇ ਵਿਚਕਾਰ ਪੈਂਦੇ ਪਿੰਡ ਭੋਮਾ 'ਚ ਲੱਗਦਾ ਹੈ। ਹਰ ਸਾਲ ਹੀ ਇਸ ਮੇਲੇ ਦੀ ਇਲਾਕੇ ਦੇ ਲੋਕਾਂ ਨੂੰ ਤਾਂ ਬੇਸਬਰੀ ਨਾਲ ਉਡੀਕ ਹੁੰਦੀ ਹੀ ਹੈ, ਪਰ ਸ਼ਰਾਬ ਪੀਣ ਦੇ ਸ਼ੌਕੀਨਾਂ ਦੇ ਲਈ ਇਹ ਮੇਲਾ ਪੰਜਾਬ ਦੇ ਬਾਕੀ ਸਾਰਿਆਂ ਮੇਲਿਆਂ ਨਾਲੋਂ ਖਾਸ ਹੁੰਦਾ ਹੈ। ਬਾਬਾ ਰੋਡੇ ਸ਼ਾਹ ਦੇ ਇਤਿਹਾਸ ਬਾਰੇ ਉੱਥੋਂ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਹੈ ਅਤੇ ਮੇਲੇ 'ਤੇ ਪਹੁੰਚਣ ਵਾਲੇ ਲੋਕਾਂ ਨੇ ਕੀ ਕੁਝ ਕਿਹਾ ਹੈ ਪਹਿਲਾਂ ਉਹ ਵੀ ਸੁਣ ਲੈਂਦੇ ਹਾਂ। ਤੁਹਾਨੂੰ ਅਸੀਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਪੰਜਾਬ ਟੂਡੇ ਚੈਨਲ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਹੈ, ਪਰ ਕਿਉਂਕਿ ਇਹ ਅਨੋਖੀ ਸਮਾਜ ਹੈ ਅਤੇ ਲੋਕਾਂ ਦੀ ਇੱਥੇ ਵੱਡੀ ਆਸਥਾ ਹੈ ਅਤੇ ਆਸਥਾ ਦੇ ਵਜੋਂ ਹੀ ਸ਼ਰਾਬ ਦਾ ਚੜਾਵਾ ਚੜਾਇਆ ਜਾਂਦਾ ਹੈ, ਅਸੀਂ ਤੁਹਾਡੇ ਤੱਕ ਸਿਰਫ ਇਹ ਹੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਥੇ ਵੱਡੀ ਪੱਧਰ 'ਤੇ ਲੋਕ ਇਹ ਮੇਲਾ ਕਿਉਂ ਮਨਾਉਂਦੇ ਹਨ। ਇੱਥੇ ਸ਼ਰਾਬ ਦਾ ਲੰਗਰ ਲੱਗਦਾ ਵਾ, ਜਿਸ ਜਿਸ ਦੀ ਵੀ ਮਨੋਕਾਮਨਾ ਪੂਰੀ ਹੁੰਦੀ ਆ ਉਹ ਆਪਣੇ ਮਨੋਕਾਮਨਾ ਪੂਰੀ ਦੀ ਖੁਸ਼ੀ ਦੇ ਵਿੱਚ ਵੱਧ ਚੜ੍ਹ ਕੇ ਸ਼ਰਾਬ ਦਾ ਪ੍ਰਸ਼ਾਦ ਚੜ੍ਹਾਉਂਦਾ ਵਾ। ਇੱਥੇ ਵੱਧ ਚੜ੍ਹ ਕੇ ਸੰਗਤਾਂ ਆਉਂਦੀਆਂ ਵਾ ਅਤੇ ਕੋਈ ਅੰਦਰੀ ਬਾਬੇ ਦੇ ਘਰ ਮਨੋਕਾਮਨਾ ਸਾਰਿਆਂ ਨੇ ਪੂਰੀਆਂ ਹੁੰਦੀਆਂ। ਕਿ ਇਹ ਜਗ੍ਹਾ ਜਿਹੜੀ ਆ ਬਾਬੇ ਰੋਡੇ ਦੀ ਜਗ੍ਹਾ, ਇਹ ਪਹਿਲਾਂ ਇਹਦਾ ਜਿਹੜਾ ਬਾਬੇ ਰੋਡ ਦਾ ਪਿੰਡ ਆ ਧਮਾਨ ਦਮੋਦਰ ਆ, ਇੱਥੇ ਇਹਨਾਂ ਦੀ ਭੈਣ ਭੈਣ ਰਹਿੰਦੀ ਬਾਬੇ ਰੋਡੇ ਦੀ, ਇਹ ਆਪਣੀ ਭੈਣ ਦੇ ਇੱਥੇ ਕਰਕੇ ਆਏ ਆ, ਇਹ ਜਿਹੜਾ ਪਰਿਵਾਰ ਸੇਵਾ ਕਰਦਾ ਉਹਨਾਂ ਦੇ ਪਰਿਵਾਰ 'ਚ ਵਾ। ਸ਼ਰਾਬ ਇਹਦੇ ਤਾਂ ਚੜ੍ਹਦੀ ਹੈ, ਇੱਥੇ ਬਾਬੇ ਰੋਡੇ ਦੀ ਜਿਹੜੀ ਕੋਈ ਘਰ ਲਾਦ ਨਹੀਂ ਹੁੰਦੀ, ਉਹਨੇ ਸੁੱਖਿਆ ਮੇਰੇ ਘਰ ਲਾਦ ਹੋਵੇ ਤਾਂ ਉਹਦੇ ਘਰ ਬੱਚਾ ਆਇਆ ਅਤੇ 500 ਰੁਪਇਆ ਉਹਨਾਂ ਦਿਨਾਂ 'ਚ ਲਿਆ ਗਿਆ ਜੋ ਜਵਾਨੀ ਦੀ ਬੋਤਲੀ, ਅਤੇ ਫਿਰ ਉਹਨੇ ਬਾਬੇ ਰੋਡੇ ਨੇ ਆਖਿਆ ਵੀ 500 ਰੁਪਇਆ ਨਾ ਚੜਾ, ਤੂੰ ਇੱਦਾਂ ਰੋਜ਼ ਹੀ ਇੱਕ ਬੋਤਲ ਲਿਆ ਕੇ ਸੰਗਤ ਨੂੰ ਵਰਤਾ ਦਿਆ ਕਰਾ, ਜਿਵੇਂ ਇੱਕ ਬੋਤਲ ਦੇ ਪੈਸੇ ਲੈਣਗੇ ਇੱਕ ਦਿਨ ਪਹਿਲਾਂ ਦਾ ਦੀ, ਇਹ ਕਰਕੇ ਇੱਥੇ ਦਾਰੂ ਚੜ੍ਹਦਾ ਵੀ ਬਾਬਾ ਰੋਡਾ ਜੀ ਦਾਰੂ ਨਹੀਂ ਪੀਂਦੇ, ਅਤੇ ਉੱਦਾਂ ਹੀ ਚੜ੍ਹਦੀ ਹੈ ਸ਼ਰਾਬ, ਦਿਨ ਰਾਤ ਕੋਈ ਨਹੀਂ ਫੜ ਸਕਦਾ। ਬਾਬਾ ਰੋਡਾ ਜੀ ਦਾ ਸਥਾਨ ਆ, ਇਸ ਜਗ੍ਹਾ 'ਤੇ ਬਾਬਾ ਰੋਡਾ ਜੀ ਬਹਿ ਕੇ ਭਗਤੀ ਕਰਿਆ ਕਰਦੇ ਸਨ। ਬਾਬਾ ਰੋਡਾ ਜੀ ਪਿਛਲੇ ਪਿੰਡ ਧਮਾਨ ਬੋਧ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਅਤੇ ਜੱਟ ਪਰਿਵਾਰ ਨੂੰ ਬਿਲੋਂਗ ਕਰਦੇ ਸਨ। ਉਹ ਆਪਣੇ ਪਿੰਡ ਵਿੱਚ ਹੀ ਬਾਬਾ ਜੀ ਸਾਧੂ ਸੰਤ ਦੇ ਸੁਭਾਅ ਵਾਂਗ ਛੋਟੀਆਂ ਹੁੰਦੀਆਂ ਰਹਿੰਦੇ ਸਨ। ਇਸ ਉਸ ਸਮੇਂ ਦੌਰਾਨ ਕੁਝ ਸਮਾਂ ਬਾਬਾ ਜੀ ਧਾਰੀਆ ਲਾ ਕੇ ਕੰਨ ਪਿੰਡ ਵਿੱਚ ਚਲੇ ਗਏ। ਉਸ ਤੋਂ ਬਾਅਦ 1896 ਵਿੱਚ ਇਸ ਜਗ੍ਹਾ 'ਤੇ ਇਸ ਸਥਾਨ 'ਤੇ ਆਣ ਕੇ ਬੈਠ ਗਏ। ਇਸ ਸਥਾਨ 'ਤੇ ਮਤਲਬ ਬੈਠ ਕੇ ਭਗਤੀ ਕਰਿਆ ਕਰਦੇ ਸਨ। ਇੱਥੇ 1924 ਤੱਕ ਰਹੇ, 1924 ਨੂੰ ਦੁਸਹਿਰੇ ਵਾਲੇ ਦਿਨ ਬਾਬਾ ਜੀ ਪੂਰੇ ਹੋ ਗਏ। ਬਾਬਾ ਜੀ ਜਦੋਂ ਉੱਥੇ ਭਗਤੀ ਕਰਿਆ ਕਰਦੇ ਸਨ, ਭਗਤੀ ਦੇ ਦੌਰਾਨ ਸਾਡੇ ਪਿੰਡ ਦੇ ਸਰਦਾਰ ਸੀ, ਉਹਨਾਂ ਘਰ ਔਲਾਦ ਨਹੀਂ ਸੀ ਹੁੰਦੀ, ਉਹਨਾਂ ਨੇ ਆਣ ਕੇ ਕਿਹਾ ਬਾਬਾ ਜੀ ਸਾਡੇ 'ਤੇ ਕਿਰਪਾ ਕਰੋ, ਸਾਡੇ ਪੁੱਤਰੀ ਦਾਤ ਬਖਸ਼ੇ। ਬਾਬਾ ਜੀ ਕਹਿੰਦੇ ਅਸੀਂ ਕੌਣ ਕਰਨ ਵਾਲੇ ਪਰਮਾਤਮਾ, ਕਿ ਤੁਸੀਂ ਦਾਸ ਬੇਨਤੀ ਕਰ ਦਿਓ, ਅਸੀਂ ਕਰ ਦਾਂਗੇ। ਅਤੇ ਚਲੋ ਕੁਝ ਟਾਈਮ ਪਾ ਕੇ ਉਹਨੂੰ ਕਦੇ ਬੱਚਾ ਹੋਇਆ, ਉਹ ਮਤਲਬ ਆਣ ਕੇ ਬਾਬਾ ਜੀ ਨੇ ਕਹਿਣਗੇ ਬਾਬਾ ਜੀ ਸਾਡਾ ਮਨੋਕਾਮਨਾ ਪੂਰੀ ਹੋ ਗਈ ਹੈ, ਅਤੇ ਤੁਸੀਂ ਮਤਲਬ ਜਾਂ 7-5 ਵੀਘੇ ਪੈਲੀ ਲੈ ਦਿਓ ਜਾਂ 500 ਰੁਪਇਆ ਲੈ ਲਓ। ਬਾਬਾ ਜੀ ਕਹਿੰਦੇ ਜ਼ਮੀਨ ਮੈਂ ਆਪਣੀ ਛੱਡ ਕੇ ਆਇਆ, ਮਾਇਆ ਨਾਲ ਸਾਨੂੰ ਪਿਆਰ ਕੋਈ ਨਹੀਂ ਗਾ, ਤੁਸੀਂ ਆਪਦੇ ਘਰ ਜਾ ਕੇ ਆਪਣੀ ਖੁਸ਼ੀ ਕਰੋ। ਉਹ ਉਹਨਾਂ ਬਹੁਤੀ ਜਿੱਦ ਜੀ ਕਰ ਲਈ, ਲਾ ਕੇ ਸੰਗਤ ਬੈਠੀ ਅਤੇ ਉਹ ਕਹਿੰਦਾ ਚਲੋ ਸਾਧ ਸੰਗਤ ਨੂੰ ਪੁੱਛ ਲਓ। ਉਹ ਸੰਗਤ ਕਹਿਣ ਲਈ ਤਾਂ ਬਾਬਾ ਜੀ ਖੁਸ਼ੀ ਦਾ ਮੌਕਾ, ਇਹਨਾਂ ਨੂੰ ਕਿਹਾ ਸ਼ਰਾਬ ਦੀ ਸ਼ਰਾਬ ਹੀ ਲੈ ਆਉਣ। ਬਾਬਾ ਜੀ ਕਹਿੰਦੇ ਜਦੋਂ ਸੰਗਤ ਦੀ ਆਵਾਜ਼ ਆ, ਤੂੰ ਇੱਕ ਸ਼ਰਾਬ ਦੀ ਬੋਤਲ ਲਿਆ ਕੇ ਰੋਜ਼ ਚੀਜ਼ਾਂ ਨੂੰ ਬਣ ਲਿਆ ਕਰ, ਪਰ ਬਾਬਾ ਜੀ ਉਹਨੇ ਆਪ ਸ਼ਰਾਬ ਨਹੀਂ ਪੀਤੀ। ਉਸ ਦਿਨ ਤੋਂ ਬਾਬਾ ਜੀ ਦੇ ਕਿਸੇ ਦੀ ਕੋਈ ਮਨੋਕਾਮਨਾ, ਕਿਸੇ ਦੀ ਕੋਈ ਮਨੋਕਾਮਨਾ ਪੂਰੀ ਹੁੰਦੀ ਹੈ ਅਤੇ ਲੋਕ ਇਸ ਤਰ੍ਹਾਂ ਹੀ ਆਣ ਕੇ ਅਤੇ ਆਪਣੀਆਂ ਚੜਾਵਾ ਚੜਾਉਂਦੇ ਆ ਜੀ, ਅਤੇ ਲੋਕਾਂ ਨੂੰ ਮਿਲਦੇ ਆ। ਸ਼ਰਾਬ ਦੇ ਪੇ ਸਾਫੀ ਚੜ੍ਹ ਜਾਂਦੀ ਹੈ, ਲੋਕ ਆਪੇ ਚੜ੍ਹਾ ਕੇ ਆਪਣੇ ਵਰਤੋਂ ਵਰਤਾ ਦਿੰਦੇ, ਲੈ ਜਾਂਦੇ ਵੀ ਚੜ੍ਹਾਏ, ਅਸੀਂ ਕੋਈ ਗਿਣਤੀ ਮਿੱਟੀ ਕੋਈ ਨਹੀਂ ਜੀ। ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।